ਜਿਹੜੇ ਗਰਭਵਤੀ ਮਹਿਲਾਵਾਂ ਨੇ ਉਹਨਾਂ ਦੇ ਲਈ ਹੋਸਪਿਟਲ 'ਚ ਕਿਹੋ ਜਿਹੇ ਪ੍ਰਬੰਧ ਕੀਤੇ ਗਏ? ਸੇਮ ਜਿਹੜੇ ਆਮ ਗਰਭਵਤੀ ਮਹਿਮਾਨ ਮਹਿਲਾਵਾਂ ਨੂੰ ਅਸੀਂ ਸੇਵਾਵਾਂ ਦਿੰਦੇ ਹਾਂ, ਸੇਮ ਸੇਵਾਵਾਂ ਉਹਨਾਂ ਨੂੰ ਉਹੀ ਦਿੱਤੀਆਂ ਜਾਂਦੀਆਂ। ਪਰ ਇਹ ਹੈ ਕਿ ਵੀ ਮਹਾਂਮਾਰੀ ਕਰਕੇ ਇਹਨਾਂ ਨੂੰ ਅਲੱਗ ਵੱਖਰੇ ਤੌਰ 'ਤੇ ਇਹਨਾਂ ਇਲਾਜ ਦੀ ਲੋੜ ਹੈਗੀ ਆ। ਪੂਰਾ ਮਤਲਬ ਜਿਹੜਾ ਸਾਡਾ ਸਟਾਫ ਹੈਗਾ ਔਰ ਡਾਕਟਰ ਹੈਗੇ ਆ, ਉਹਨਾਂ ਨੂੰ ਮਤਲਬ ਉਹ ਆਪਣੇ ਆਪ ਨੂੰ ਬਚਾਉਂਦੇ ਹੋਏ ਸੇਫਟੀ ਦਾ ਲੈਂਦੇ ਹੋਏ ਔਰ ਪੇਸ਼ੈਂਟ ਦਾ ਕੇਅਰ ਕਰਦੇ ਕਰਨਾ ਪੈਂਦਾ ਹੈਗਾ। ਉਹ ਪੀਪੀ ਕਿੱਟ ਵਗੈਰਾ ਪਾ ਕੇ ਸਾਰਾ ਕੁਛ ਉਸ ਤਰ੍ਹਾਂ ਉਹਨਾਂ ਅਲੱਗ ਤਰੀਕੇ ਨਾਲ ਰੱਖਿਆ ਜਾਂਦਾ ਹੈਗਾ ਅਲੱਗ ਵਾਰਡ ਦੇ ਵਿੱਚ, ਤਾਂ ਕਿ ਉਹ ਇਹ ਫੈਲਾਓ ਨਾ ਹੋਵੇ। ਉਹ ਅਲੱਗ ਵਾਰਡ ਸਾਡਾ ਬਣਾਇਆ ਗਿਆ ਹੈਗਾ ਅਤੇ ਉੱਥੇ ਇਹ ਪੇਸ਼ੈਂਟ ਦੀ ਜਿਹੜੀ ਹੈਗੀ ਡਿਲੀਵਰੀ ਕਰਾਈ ਜਾਂਦੀ ਹੈ। ਇਲਾਜ ਵੀ ਤੁਹਾਡੇ ਕੋਲ ਗਰਭਵਤੀ ਮਹਿਲਾਵਾਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਕਿ ਕਰੋਨਾ ਮਹਾਂਮਾਰੀ ਚੱਲ ਰਹੀ ਹੈ ਜੀ? ਖਾਸ ਕਰਕੇ ਗਰਭਵਤੀ ਮਹਿਲਾਵਾਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਵੀ ਉਹ ਆਪਣਾ ਜਿਹੜਾ ਕਿ ਖਿਆਲ ਰੱਖਣ ਅਤੇ ਜੋ ਸਰਕਾਰ ਦੀਆਂ ਹਿਦਾਇਤਾਂ ਕੋਵਿਡ ਤੋਂ ਬਚਣ ਦੀਆਂ ਹਨ ਉਹ ਆਪਣਾ ਉਹਨਾਂ ਦੀ ਪਾਲਣ ਕਰਨ, ਔਰ ਜੇ ਕੋਈ ਕਿਸੇ ਨੂੰ ਕੋਈ ਵੀ ਸਿਮਟਮਸ ਆਉਂਦੇ ਹੈਗੇ ਆ ਤਾਂ ਉਹ ਇਮੀਡੀਏਟ ਜਾ ਕੇ ਆਪਦਾ ਜਿਹੜਾ ਹੈਗਾ ਟੈਸਟ ਜ਼ਰੂਰ ਕਰਵਾਉਣ, ਤਾਂ ਕਿ ਉਹ ਮੌਕੇ 'ਤੇ ਉਹ ਆਪਦਾ ਜਿਹੜਾ ਹੈਗਾ ਉਸ ਨੂੰ ਪ੍ਰਬੰਧ ਇਲਾਜ ਕਰਵਾ ਲੈਣ ਅਤੇ ਆਪਣੇ ਆਪ ਨੂੰ ਬਚਾ ਕੇ ਰੱਖਣ। ਔਰ ਜੇ ਠੀਕ ਠਾਕ ਰਹਿੰਦੇ ਹਨ ਅਤੇ ਉਹਨਾਂ ਦਾ ਟਾਈਮ ਆ ਜਾਂਦਾ ਹੈਗਾ ਡਿਲੀਵਰੀ ਦਾ ਡਿਊ ਡੇਟ ਹੈਗੀ ਆ, ਤਾਂ ਉਹ ਪਲੀਜ਼ ਆਪਣਾ ਜਿਹੜਾ ਹੈਗਾ ਟੈਸਟ ਜਿਹੜਾ ਹੈਗਾ ਉਹ 5 ਦਿਨ ਪਹਿਲਾਂ ਕਰਵਾ ਲੈਣ। ANM ਸਾਡੀਆਂ ਆਸ਼ਾ ਵਰਕਰ ਹੈਗੀਆਂ ਉਹਨਾਂ ਨੂੰ ਸੰਪਰਕ ਕਰਕੇ ਅਤੇ ਉਹਨਾਂ ਨੂੰ ਪਤਾ ਹੈ ਉਹ ਨੀਅਰੈਸਟ ਜਾ ਕੇ ਉੱਥੇ ਟੈਸਟ ਕਰਵਾ ਕੇ ਆਪਦੀ ਰਿਪੋਰਟ ਰੱਖਣ ਕੋਲ ਔਰ ਅਹਿਤਿਆਤ ਵਰਤੇ ਰਹਿਣ, ਤਾਂ ਕਿ ਉਹਨਾਂ ਦੀ ਜਿਹੜਾ ਜਦੋਂ ਡਿਲੀਵਰੀ ਹੋਣੀ ਹੈ ਉਹ ਬਿਨਾਂ ਮਤਲਬ ਕੋਵਿਡ ਦੇ ਲੱਛਣਾਂ ਤੋਂ ਜਾਂ ਉਹਨਾਂ ਦਾ ਨੋਰਮਲ ਤਰੀਕੇ ਨਾਲ ਉਹਨਾਂ ਦੀ ਡਿਲੀਵਰੀ ਹੋ ਸਕੇ ਔਰ ਬੱਚੇ ਨੂੰ ਵੀ ਕੋਈ ਪਰੇਸ਼ਾਨੀ ਨਾ ਹੋ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।